चले बजा
देहुरी बैठी Whoa.
बहुर ना देख पास
শুদ্ধ মনে সত্যের ভেরি ਸਨ ਕੇ ਸਾਡੀ ਨੌਬਤ ਨਾਲ ਸਾਡੀ ਰਈਅਤ ਦਾ ਜੀਵਨ ਸ਼ੁਰੂ ਹੁੰਦਾ ਹੈ। ਲੋਕਾਂ ਕੋਲ ਤਾਂ ਘੜੀਆਂ ਹੁੰਦੀਆਂ ਹੀ ਨਹੀਂ ਸਨ, ਉਦੋਂ ਘੜੀਆਂ ਨਹੀਂ ਸਨ ਹੁੰਦੀਆਂ, ਬਾਦਸ਼ਾਹਾਂ ਦੇ ਕਿਲਿਆਂ ਦੇ ਦਰਵਾਜ਼ਿਆਂ ਤੇ ਰਾਜਿਆਂ ਦੇ ਕਿਲਿਆਂ ਦੇ ਦਰਵਾਜ਼ਿਆਂ ਤੇ ਨੌਬਤ ਵੱਜਦੀ ਸੀ ਤੇ ਉਹਦੇ ਨਾਲ ਹੀ ਜੀਵਨ ਸ਼ੁਰੂ ਹੁੰਦਾ ਸੀ ਨਗਰ ਵਾਸੀਆਂ ਦਾ। ਨੌਬਤ ਵੱਜ ਕੇ ਵੀ ਉੱਠੋ, ਗੁਰੂ ਸਾਹਿਬ ਨੇ ਬਾਣੀ ਅੰਦਰ ਵੀ ਇਹ ਗੱਲ ਆਖੀ, ਕਹਿਣ ਲੱਗੇ ਨੌਬਤ ਵੱਜੀ ਸੁਭਾਸਿਆ। ਸਵੇਰ ਦੀ ਨੌਬਤ ਵੱਜ ਗਈ, ਨੌਬਤ ਘੜਿਆਲ, ਨੌਬਤ ਵੱਜਣ ਦਾ ਅਰਥ ਹੁੰਦਾ ਸੀ ਹੁਣ ਤੁਸੀਂ ਉੱਠ ਕੇ ਆਪਣੇ ਵਿਹਾਰ ਸ਼ੁਰੂ ਕਰੋ। ਸੁਬਾਹ ਦੀ ਨੌਬਤ, ਦੁਪਹਿਰ ਦੀ ਨੌਬਤ, ਸ਼ਾਮਾਂ ਦੀ ਨੌਬਤ, ਤਿੰਨ ਸਮੇਂ ਤਾਂ ਹਰ ਹਾਲਤ ਵੱਜਦੀ ਸੀ। ਬਲਕਿ ਘੜੀਆਂ ਆ ਜਾਣ ਤੋਂ ਬਾਅਦ ਵੀ ਟਾਈਮ ਦੇ ਦੇਖਣ ਦੇ ਸਾਧਨ, ਮਿਲਣ ਦੇ ਸਾਧਨ ਆ ਜਾਣ ਤੋਂ ਬਾਅਦ ਵੀ ਰਾਜੇ ਮਹਾਰਾਜੇ ਆਪਣਾ ਮਾਣ ਸਨਮਾਨ ਇਸ ਵਿੱਚ ਸਮਝਦੇ ਸਨ ਕਿ ਉਹਨਾਂ ਦੇ ਦਰਵਾਜ਼ੇ 'ਤੇ ਨੌਬਤ ਜ਼ਰੂਰ ਵੱਜੇ। ਮੈਨੂੰ ਅਜੇ ਤੱਕ ਯਾਦ ਨਹੀਂ, ਕੁਝ ਸਮਾਂ ਮਹਾਰਾਜਾ ਫਰੀਦਕੋਟ ਕੋਲ ਰਹਿਣ ਜਾਂਦਾ, ਹਾਲਾਂਕਿ ਉਦੋਂ ਘੜੀਆਂ ਸਨ, ਸਭ ਨੂੰ ਟਾਈਮ ਦਾ ਪਤਾ ਲੱਗਦਾ ਸੀ, ਪਰ ਕਿਲੇ ਮੁਬਾਰਕ ਦੇ ਦਰਵਾਜ਼ੇ ਤੇ ਨੌਬਤ ਜ਼ਰੂਰ ਵੱਜਦੀ ਸੀ। ਉੱਥੋਂ ਦੀ ਨੌਬਤ, ਉੱਥੋਂ ਦਾ ਘੜਿਆਲ, ਉੱਥੋਂ ਦਾ ਦੱਸਿਆ ਹੋਇਆ ਟਾਈਮ ਜਿਹੜਾ ਹੈ, ਲੋਕ ਆਪਣੀਆਂ ਸ਼ਹਿਰ ਨਿਵਾਸੀ ਆਪਣੀਆਂ ਘੜੀਆਂ ਉਹਦੇ ਨਾਲ ਮਿਲਾਉਂਦੇ ਸੀ। ਉਹ ਮਰਿਆਦਾ ਚੱਲੀ ਆਉਂਦੀ ਸੀ,
ਕਿ ਬਾਦਸ਼ਾਹ ਦੀ ਨਿਸ਼ਾਨੀ ਹੈ। ਨੌਬਤ ਵੱਜੇਗੀ, ਸ਼ਹਿਰ ਨਿਵਾਸੀ ਉੱਠਣਗੇ, ਆਪਣੇ ਵਿਹਾਰ ਉਹਨਾਂ ਦਾ ਜੀਵਨ ਆਰੰਭ ਹੋਏਗਾ ਮੇਰੀ ਨੌਬਤ ਨਾਲ। ਪਰ ਬਾਬਾ ਕਬੀਰ ਜੀ ਨੇ ਬੜੇ ਖੂਬਸੂਰਤ ਲਫ਼ਜ਼ ਵਰਤੇ, ਕਹਿਣ ਲੱਗੇ ਬਾਦਸ਼ਾਹ ਆਏ ਚਲੇ ਗਏ, ਦੂਜਾ ਆ ਗਿਆ ਉਹ ਚਲਾ ਗਿਆ, ਨੌਬਤ ਵੱਜਦੀ ਰਹੀ। ਆਪਣੀ ਆਪਣੀ ਨੌਬਤ ਸਾਰੀ ਵਜਾ ਕੇ ਚਲੇ ਗਏ। ਜਿਸ ਆਸਨ ਹਮ ਬੈਠੇ ਰਈਅਤ ਸਿਕਦਾਰ ਕੋਈ ਨਾ ਰਸੀਓ, ਰਾਜੇ ਰਈਅਤ ਸਿਕਦਾਰ ਕੋਈ ਨਾ ਰਸੀਓ, ਅੱਜ ਦੇ ਸ਼ਬਦ ਵਿੱਚ ਵੀ ਇਹ ਲਫ਼ਜ਼ ਆਏ ਨੇ। ਕਹਿੰਦੇ ਨੇ ਚਲੇ ਗਏ ਵੈ ਸੁੱਤ, ਆਪਣੀ ਸੰਤਾਨ ਪੁੱਤਰ ਜਿਨ੍ਹਾਂ ਨੂੰ ਪਾਲਿਆ ਸੀ ਤੇ ਜਿਨ੍ਹਾਂ ਦੇ ਭਲੇ ਲਈ ਪਲ ਪਲ ਲਗਾਇਆ ਸੀ, ਵੈ ਸੁੱਤ ਵੈ ਬਿੱਤ, ਬਿੱਤ ਦਾ ਅਰਥ ਹੁੰਦਾ ਦੌਲਤ, ਤੇਰੀ ਕਿੰਨੀ ਕੁ ਬਿੱਤ ਹੈ, ਪਰ ਤੇਰੇ ਕਿੰਨੇ ਕੋਲ ਕਿੰਨੀ ਕੁ ਅਮੀਰੀ ਹੈ, ਕਿੰਨਾ ਕੁ ਪੁੱਜਦਾ ਸਰਦਾ ਹੈ। ਆਪਾਂ ਕਈ ਵਾਰੀ ਕਹਿੰਦੇ ਹਾਂ ਆਪਣੀ ਬਿੱਤ ਦੇ ਮੁਤਾਬਕ ਕੰਮ ਕਰੀ, ਬਿੱਤ ਤੋਂ ਬਾਹਰ ਨਾ ਜਾਈ, ਤਾਂ ਬਿੱਤ ਦਾ ਅਰਥ ਹੁੰਦਾ ਹੈ ਦੌਲਤ, ਧਨ। ਕਹਿਣ ਲੱਗੇ ਜਿਸ ਨੂੰ ਜੋੜਦਾ ਰਿਹਾ, ਇਤਨਾ ਕੁ ਖਟਿਆ, ਤੂੰ ਇੰਨਾ ਕੁ ਖਟਿਆ, ਇੰਨਾ ਕੁ ਜੋੜਿਆ, ਇੰਨੀ ਕੁ ਕਮਾਈ ਕੀਤੀ ਕਿ ਵਿਆਹ ਤੇਰੀ ਗੰਢ ਵਿੱਚ ਹੀ ਨਾ ਭੱਜਿਆ ਰਹਿ ਗਿਆ, ਜ਼ਮੀਨ ਧਰਤੀ ਥੱਲੇ ਵੀ ਦੱਬ ਕੇ ਰੱਖ ਗਿਆ। ਧਰਤੀ ਥੱਲੇ ਮਨੁੱਖ ਹੁਣ ਤੇ ਬੈਂਕ ਨੇ, ਉਦੋਂ ਬੈਂਕ ਹੁੰਦੇ ਨਹੀਂ ਸਨ, ਤੇ ਜਿੰਨਾ ਵਾਧੂ ਪੈਸਾ ਲੋੜ ਤੋਂ ਜਿਹੜਾ ਵਰਤੋਂ ਵਿੱਚ ਨਾ ਆਵੇ, ਜਿਹੜਾ ਆਪਣੇ ਕੋਲ ਨਾ ਸਾਂਭਿਆ ਜਾਏ, ਜੇ ਉਹਨੂੰ ਸਾਂਭਣਾ ਹੋਵੇ ਤੇ ਲੋਕ ਫਿਰ ਧਰਤੀ ਥੱਲੇ ਦੱਬਦੇ ਸਨ। ਕਹਿਣ ਲੱਗੇ ਇਤਨਾ ਕੁ ਖਟਿਆ ਗਠੀਆ, ਗੰਢ ਵਿੱਚ ਆਪਣੀ ਪੋਕਟ ਵਿੱਚ, ਗੰਠ ਵਿੱਚ ਜਿਹੜਾ ਹਰ ਵੇਲੇ ਕੰਮ ਆਉਣ ਵਾਲਾ, ਹਰ ਵੇਲੇ ਵਰਤੋਂ ਵਾਲਾ। ਗੰਢ ਦਾ ਅਰਥ ਹੁੰਦਾ ਜਿਹੜਾ ਕੋਲ ਪੈਸਾ ਹੋਵੇ। ਪੁਰਾਣੇ ਜ਼ਮਾਨੇ ਦੀ ਕਹਾਵਤ, ਤੋਂ ਕਿ ਆਪਾਂ ਸ਼ਬਦਾਵਲੀ ਨੂੰ ਨਾਲ ਨਾਲ ਸਮਝਾ, ਪੁਰਾਣੇ ਸਮੇਂ ਦੀ ਕਹਾਵਤ ਬਣੀ ਹੋਈ ਹੈ ਕਿ ਪੈਸਾ ਗੰਠ ਤੇ ਬਾਣੀ ਕੰਠ। ਬਾਣੀ ਉਹ ਕੰਮ ਆਉਂਦੀ ਹੈ ਜਿਹੜੀ ਕੰਠ ਹੋਵੇ, ਭਾਵੇਂ ਜ਼ਬਾਨੀ ਯਾਦ ਹੋਵੇ, ਬਾਣੀ ਕੰਠ ਕਰਨਾ। ਤੇ ਪੈਸਾ ਉਹ ਜਿਹੜਾ ਗੰਢ ਵਿੱਚ ਹੋਵੇ, ਕੋਲ ਹੋਵੇ, ਜੇ ਭਲਾ ਮਿੱਟੀ ਵਿੱਚ ਵੀ ਧਰਤੀ ਥੱਲੇ ਵੀ ਦੱਬਿਆ ਹੋਵੇ, ਮੈਨੂੰ ਇੱਥੇ ਲੋੜ ਪੈ ਜਾਏ, ਬਾਜ਼ਾਰ 'ਚ ਲੋੜ ਪੈ ਜਾਏ, ਉੱਥੇ ਮਾਰਕੀਟ 'ਚ ਇਹ ਆਖੇਗਾ ਵੀ ਤੁਸੀਂ ਠਹਿਰੋ, ਮੈਂ ਧਰਤੀ ਥੱਲੇ ਦੱਬਿਆ ਹੋਇਆ ਕੱਢ ਕੇ ਲੈ ਆਵਾਂ, ਨਹੀਂ। ਸਿਆਣਿਆਂ ਨੇ ਕਹਾਵਤ ਬਣਾ ਦਿੱਤੀ ਕਿ ਪੈਸਾ ਗੰਠ ਤੇ ਬਾਣੀ ਕੰਠ।
ਬਾਣੀ ਉਹ ਕੰਮ ਆਉਂਦੀ ਹੈ ਜਿਹੜੀ ਹਿਰਦੇ ਵਿੱਚ ਟਿਕ ਜਾਏ, ਤੈਨੂੰ ਜ਼ੁਬਾਨੀ ਯਾਦ ਹੋਵੇ, ਤੇਰੇ ਅੰਦਰ ਤੇ ਪੈਸਾ ਉਹ ਕੰਮ ਆਉਂਦਾ ਜਿਹੜਾ ਤੇਰੀ ਗੰਢ ਵਿੱਚ ਹੋਵੇ, ਭਾਵ ਆਪਣੀ ਪਾਕਟ ਵਿੱਚ ਹੋਵੇ। ਪੁਰਾਣੇ ਸਮੇਂ ਅੰਦਰ ਹੁਣ ਵਾਲੇ ਸਾਧਨ ਤੇ ਨਹੀਂ ਸਨ, ਉਦੋਂ ਗੰਢ ਬੰਨ ਕੇ ਆਪਣੇ ਪਰਨੇ ਦੇ ਜਾਂ ਆਪਣੀ ਪੱਗ ਦੇ ਲੜ ਨਾਲ ਬੰਨ ਕੇ ਲੋਕ ਸਿਰ ਵਿੱਚ ਟੰਗ ਲੈਂਦੇ ਸਨ, ਉਦੋਂ ਪਾਕਟਾਂ ਵੀ ਘੱਟ ਲੱਗਦੀਆਂ ਸਨ। ਜਿੰਨਾ ਬਜ਼ੁਰਗ ਮਾਤਾਵਾਂ ਨੇ ਉਸ ਸਮਾਂ ਦੇਖਿਆ, ਕੁੜਤਿਆਂ ਨੂੰ ਜੇਬਾਂ ਨਹੀਂ ਸਨ ਹੁੰਦੀਆਂ, ਕਮੀਜ਼ਾਂ ਨੂੰ ਜੇਬਾਂ ਨਹੀਂ ਸਨ ਹੁੰਦੀਆਂ, ਬੀਬੀਆਂ ਨੇ ਆਪਣੀ ਚੁੰਨੀ ਦੁਪੱਟੇ ਦੇ ਪੱਲੇ ਬੰਨ ਲੈਣਾ, ਗੰਢ ਦੇ ਲੈਣੀ, ਬਾਜ਼ਾਰ ਜਾਣਾ ਤੇ ਬੀਬੀਆਂ ਨੇ ਆਪਣੇ ਦੁਪੱਟੇ ਦੇ ਪੱਲੇ ਨਾਲ ਗੰਢ ਦੇ ਕੇ ਥੋੜ੍ਹੀ ਜਿਹੀ ਉਹਨਾਂ ਪੈਸਾ ਲੈ ਕੇ ਜਾਣਾ ਜਿਹੜਾ ਕੰਮ ਆ ਜਾਏ। ਤੇ ਪੁਰਸ਼ਾਂ ਨੇ ਆਪਣੇ ਦਸਤਾਰ ਦੇ ਸਿਰ ਦੇ ਲੜ ਨਾਲ ਵੰਢ ਲੈਣੇ ਤੇ ਸਿਰ ਵਿੱਚ ਰੱਖ ਲੈਣਾ, ਉਹਨੂੰ ਕਹਿੰਦੇ ਗੰਢ ਵਿੱਚ ਰੱਖਣਾ, ਆਪਣੇ ਕੋਲ ਰੱਖਣਾ ਪੈਸਾ ਗੰਢ। ਬਾਬਾ ਕਬੀਰ ਜੀ ਨੇ ਲਫ਼ਜ਼ ਵਰਤ ਦਿੱਤੇ, ਕਹਿਣ ਲੱਗੇ ਇਤਨਕ ਖਟਿਆ, ਐਨੀ ਦੌਲਤ ਜੋੜੀ, ਇੰਨਾ ਖਟਿਆ, ਐਨੀ ਕਮਾਈ ਕੀਤੀ, ਦਿਨ ਰਾਤ ਮਿਹਨਤ ਮਜ਼ਦੂਰੀ ਕਰਕੇ ਦੌਲਤ ਇਕੱਠੀ ਕੀਤੀ ਕਿ ਗਠੀਆ ਆਪਣੇ ਗੰਢ ਵਿੱਚ ਵੀ ਰੱਖ ਲਈ ਲੋੜ ਲਈ, ਤੇ ਜਿਹੜੀ ਵਾਧੂ ਸੀ ਉਹਨੂੰ ਧਰਤੀ ਥੱਲੇ ਵੀ ਦਬਾ ਦਿੱਤਾ, ਇੰਨੀ ਇਕੱਠੀ ਕੀਤੀ। ਪਰ ਕਹਿਣ ਲੱਗੇ ਕਿਹੜੀ ਅਜੀਬ ਗੱਲ ਹੈ, ਉਹ ਸਾਰੀ ਇਕੱਠੀ ਕੀਤੀ ਹੋਈ ਦੌਲਤ ਜਿਸ ਦਿਨ ਗਿਓ ਉਸ ਦਿਨ ਤੂੰ ਜਵਾਂ ਨੂੰ ਮੌਤ ਦੇ ਫਰਿਸ਼ਤੇ ਨੂੰ ਆਖ ਸਕੀ ਹੋ ਜ਼ਰਾ ਠਹਿਰ ਜਾਓ, ਮੈਂ ਮਿੱਟੀ ਵਿੱਚ ਧਰਤੀ ਥੱਲੇ ਦਬਾਈ ਹੋਈ ਦੌਲਤ ਤਾਂ ਇਕੱਠੀ ਕਰ ਲਵਾਂ। ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੋਰ ਜਿਹਦੇ ਵਿੱਚ ਕਹਿੰਦੇ ਨੇ ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਕਿਉਂ ਤੇ ਖੱਟਿਆ ਇਤਨਾ ਕੁ ਖੱਟਿਆ ਗਠਿਆ ਗਠਿਆ ਕਿਆ ਤੇ ਖੱਟਿਆ। ਕਹਾ ਗਵਾਇਆ ਚਲੋ ਸ਼ਿਤਾਬ, ਸ਼ਿਤਾਬ ਦਾ ਛੇਤੀ ਲੈਂਦੀ ਦੀ ਬੋਲੀ, ਸਮੇਂ ਬਦਲਣ ਨਾਲ ਸਾਡੀ ਪੰਜਾਬੀ ਬੋਲੀ ਵੀ ਬਦਲੀ, ਪੰਜਾਬੀ ਹਮੇਸ਼ਾ ਬੋਲੀ ਵਿੱਚ ਫਰਕ ਆਉਂਦਾ ਹੈ ਸਮੇਂ ਨਾਲ ਆਉਂਦਾ। ਸ਼ਤਾਬਦੀ ਦਾ ਸੀ ਜਲਦੀ ਛੇਤੀ, ਇਹ ਕੰਮ ਸ਼ਤਾਬਦੀ ਕਰੀ, ਚੱਬਦੇ ਆਵੀ ਛੇਤੀ ਆਵੀ, ਇਹ ਕੁਝ ਲਫ਼ਜ਼ ਬੜੇ ਪ੍ਰਚਲਿਤ ਸਨ, ਇੱਥੇ ਵੀ ਲਫ਼ਜ਼ ਨੇ ਕਹਿਣ ਲੱਗੇ ਛੇਤੀ ਤਿਆਰ ਹੋ, ਚਲੋ ਸ਼ਤਾਬ ਛੇਤੀ ਕਰ, ਤੈਨੂੰ ਦੀਵਾਨ ਅਦਾਲਤ ਨੇ ਬੁਲਾਇਆ, ਚੱਲ ਦਰਹਾਰ, ਦਰਹਾਲ ਦਾ ਮਤਲਬ ਹੁਣੇ, ਚੱਲ ਦਰਹਾਲ, ਦੀਵਾਨ ਬੁਲਾਇਆ ਅਦਾਲਤ ਨੇ ਬੁਲਾਇਆ, ਤੂੰ ਉੱਥੇ ਪੇਸ਼ ਹੋਣਾ, ਦਰਹਾਲ ਹੁਣੇ। ਹਰ ਫੁਰਮਾਨ ਦਰਗੇ ਕਾ ਆਇਆ। ਅਗਲੇ ਪਾਸੇ ਇੱਕ ਲਫ਼ਜ਼ ਨੇ ਕਹਿਣ ਲੱਗੇ ਕਰੋ ਅਰਦਾਸ ਗਾਮ ਕਿਛ ਬਾਕੀ, ਅਜੇ ਮੇਰਾ ਲੈਣ ਦੇਣ ਦਾ ਹਿਸਾਬ ਬਹੁਤ ਹੈ, ਕਈਆਂ ਪਾਸੋਂ ਲੈਣਾ ਹੈ, ਕਈਆਂ ਮੈਂ ਹਿਸਾਬ ਕਿਤਾਬ ਕਰਨਾ,
ਮੈਨੂੰ ਇੱਕ ਦਿਨ ਜ਼ਰੂਰ ਦੇ ਦਿਓ, ਮੈਨੂੰ ਇੱਕ ਦਿਨ ਦੇ ਦਿਓ, ਮੈਂ ਅੱਜ ਦੀ ਰਾਤ ਵਿੱਚ ਸਾਰਾ ਹਿਸਾਬ ਕਿਤਾਬ ਕਰ ਲਵਾਂਗਾ, ਛੇਤੀ ਕਰ ਲਵਾਂਗਾ। ਲਿਖੋ ਨਵੇਰ ਅੱਜ ਕੀ ਰਾਤੀ, ਜੇ ਅੱਜ ਦੀ ਰਾਤ ਵੀ ਮੈਨੂੰ ਦੇ ਦਿਓ, ਮੈਂ ਇੱਕ ਰਾਤ ਵਿੱਚ ਸਾਰਾ ਹਿਸਾਬ ਕਿਤਾਬ ਕਰ ਲਵਾਂਗਾ, ਤਾਂ ਕਿ ਸੰਤੁਸ਼ਟ ਹੋ ਕੇ ਤੇ ਫਿਕਰ ਹੋ ਕੇ ਤਾਂ ਜਾਵਾਂਗਾ ਤੁਹਾਡੇ ਨਾਲ। ਕਹਿੰਦਾ ਕਿਛ ਵੀ ਖਰਚ ਤੁਹਾਨੂੰ ਹੀ ਕੁਝ ਵਿੱਚੋਂ ਦੇ ਦੇਵਾਂਗਾ, ਮਾਦੇ ਪਿਛਲੇ ਨੂੰ ਰਿਸ਼ਵਤ ਦਿੰਦਾ ਨੇ, ਤੁਹਾਨੂੰ ਪਤਾ ਹੈ ਸੰਸਾਰ ਤੇ ਚੱਲਣ ਦੀ ਖੋਰੇ ਇੱਥੇ ਵੀ ਚੱਲ ਜਾਏਗੀ। ਕਿਛ ਵੀ ਖਰਚ ਤੁਹਾਨੂੰ ਸਾਰੇ ਤੁਹਾਨੂੰ ਵੀ ਕੋਈ ਖਰਚਣ ਲਈ ਦੇ ਦਿਆਂਗਾ, ਮੇਰੇ ਕੋਲ ਬੜੀ ਦੌਲਤ ਹੈ, ਕਿਛ ਵੀ ਖਰਚ ਤੁਹਾਨੂੰ ਸਾਰੇ ਸਵੇਰ ਨਿਵਾਸ ਸਰਾਏ ਨੂੰ ਲਾ ਲਓ, ਸਵੇਰੇ ਕੱਲ੍ਹ ਨੂੰ ਕੱਲ ਨੂੰ ਦਿਨ ਚੜ੍ਹਨ ਤੱਕ ਮੈਂ ਤੁਹਾਡੇ ਨਾਲ ਤੁਰ ਪਵਾਂਗਾ। ਆਪਣਾ ਆਪਣਾ ਕੰਮ ਸ਼ੁਰੂ ਹੋ ਗਿਆ, ਕਿਸੇ ਨੇ ਦੁਕਾਨਦਾਰੀ ਸ਼ੁਰੂ ਕਰ ਲਈ, ਕਿਸੇ ਨੇ ਕਿਸਾਨੀ ਸ਼ੁਰੂ ਕਰ ਲਈ, ਕਿਸੇ ਨੇ ਸਫ਼ਰ ਸ਼ੁਰੂ ਕਰ ਲਿਆ, ਮੁਸਾਫ਼ਰ ਨੇ ਸਫ਼ਰ ਸ਼ੁਰੂ ਕਰ ਲਿਆ, ਤੇ ਕਹਿਣ ਲੱਗੇ ਤੇ ਮਨੁੱਖ ਤੂੰ ਤੇ ਮੁਸਾਫ਼ਰ ਸੇ, ਤੂੰ ਆਪਣਾ ਸਫ਼ਰ ਸ਼ੁਰੂ ਕਰ। ਉਹ ਕਿਸਾਨ ਨੇ ਕਿਸਾਨੀ ਸ਼ੁਰੂ ਕਰ ਲਈ, ਨੌਬਤ ਵੱਜ ਗਈ, ਕਿਸਾਨ ਨੇ ਦੁਕਾਨਦਾਰ ਨੇ ਆਪਣਾ ਆਪਣਾ ਕੰਮ ਸ਼ੁਰੂ ਕਰ ਲਿਆ, ਤੇਰਾ ਕੰਮ ਹੈ ਮੁਸਾਫਰੀ, ਉੱਠ ਸਫ਼ਰ ਸ਼ੁਰੂ ਕਰ, ਆਪਣੀ ਮੰਜ਼ਿਲ ਚੇਤੇ ਕਰ। ਨੌਬਤ ਵੱਜੀ ਸੁਭਾਸ਼ਿਆ ਚੱਲਣ ਕਾ ਕਰ ਸਾਜ, ਇੰਤਜ਼ਾਮ ਕਰ ਚੱਲੂ, ਦੇਖ ਨਿਰਾ ਤੂੰ ਨਹੀਂ ਰਾਮ ਵੀ ਚਲਾ ਗਿਆ, ਰਾਵਣ ਵੀ ਚਲਾ ਗਿਆ, ਲੰਕਾ ਗੜ ਤੇਰੇ ਕੋਲ ਜਿੰਨੀ ਕੁ ਦੌਲਤ ਤੂੰ ਇਕੱਠੀ ਕੀਤੀ ਹੈ, ਇਤਨਾ ਕੁ ਖਟੀਆ ਗਠੀਆ ਮਟੀਆ ਸੰਗ ਨਾ ਕੱਛ ਲੈ ਜਾਏ, ਜਿੰਨਾ ਕੁਝ ਜੋੜਿਆ ਇਕੱਠਿਆ ਕੀਤਿਆ ਤੂੰ, ਆਪਣੀ ਗੰਢ ਬੰਨਿਆ ਆਪਣੀ ਮਿੱਟੀ ਵਿੱਚ ਧਰਤੀ ਤੇ ਦਬਾਇਆ, ਉਹਨਾਂ ਵਿੱਚੋਂ ਕੋਈ ਚੀਜ਼ ਤੂੰ ਨਾਲ ਲੈ ਕੇ ਨਹੀਂ ਜਾ ਸਕਦਾ, ਜੇ ਤੈਨੂੰ ਵਿਸ਼ਵਾਸ ਨਾ ਆਵੇ ਤੇ ਰਾਵਣ ਕੋਲ ਪੁੱਛ ਲੈ। ਕਹਿਣ ਲੱਗੇ ਲੰਕਾ ਗੜ ਸੋਨੇ ਕਾ ਭਾਇਆ, ਲੰਕਾ ਗੜ ਸੋਨੇ ਕਾ ਭਾਇਆ, ਮੂਰਖ ਰਾਵਣ ਮੂਰਖ ਰਾਵਣ ਕਿਆ ਲੈ ਗਿਆ, ਕੁਛ ਨਹੀਂ ਲਿਜਾ ਸਕਿਆ। ਹਾਂ ਇੰਨਾ ਜ਼ਰੂਰ ਹੈ ਚਾਰ ਦਿਨ ਆਪਣੀ ਨੌਬਤ ਚਲੇ ਬਚਾਏ, ਦੁਸਹਿਰਾ ਆ ਗਿਆ, ਲੋਕਾਂ ਨੇ ਜਾਣੇ ਅਣਜਾਣੇ ਲੋਕ ਜਿਹਨਾਂ ਨੂੰ ਪਤਾ ਹੀ ਨਹੀਂ ਦੁਸਹਿਰਾ ਕੀ, ਬਜਾਏ ਕੁਝ ਸਮਝਣ ਦੇ ਉਹ ਦੁਸਹਿਰੇ ਨੂੰ ਵੀ ਇੱਕ ਖੁਸ਼ੀ ਬਣਾ ਬੈਠੇ ਨੇ, ਕਿਸੇ ਦੀ ਮੌਤ ਤੇ ਕਿਸੇ ਨੂੰ ਖੁਸ਼ੀ ਘੇਡੀ, ਅਜੀਬ ਗੱਲ ਹੈ, ਇਹ ਕਿਹੜੀ ਮਨੁੱਖਤਾ ਹੈ, ਕਿਸੇ ਦੀ ਮੌਤ ਕਿਸੇ ਨੂੰ ਖੁਸ਼ੀ, ਬਲਕਿ ਮੈਂ ਤੇ ਹੈਰਾਨ ਹੋਣਾ ਕੁਛ ਸਮਾਂ ਪਹਿਲਾਂ, ਹੁਣ ਵੀ ਹੈ ਆਵਾਜ਼ ਤਾਂ ਉੱਠਦੀ ਹੋਈ, ਜਿਹੜੀ ਆਵਾਜ਼ ਇੱਕ ਵਾਰ ਪੈਦਾ ਹੁੰਦੀ ਉੱਠਦੀ, ਅਜੇ ਵੀ ਸਾਊਥ ਵਿੱਚ ਕੁਝ ਸਟੇਟਾਂ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ, ਹਿੰਦੁਸਤਾਨ ਦੀਆਂ ਸਾਊਥ ਦੀਆਂ ਕੁਝ ਸਟੇਟਾਂ ਵਿੱਚ ਵਿਰੋਧ ਹੋ ਰਿਹਾ, ਤੇ ਤੁਸੀਂ ਰਾਵਣ ਦਾ ਦੁਸਹਿਰਾ
ਜਲਾ ਕੇ ਕਿਉਂ ਮਨਾਉਂਦੇ ਹੋ? ਉਹਨਾਂ ਦਾ ਇੱਥੋਂ ਤੱਕ ਥ੍ਰੈਟ ਕੀਤਾ ਕਿ ਜੇ ਤੁਸੀਂ ਨਹੀਂ ਰੁਕੋਗੇ ਅਸੀਂ ਰਾਮ ਦਾ ਦੁਸਹਿਰਾ ਮਨਾਵਾਂਗੇ। ਤੁਸੀਂ ਰਾਮ ਨੂੰ ਜਲਾਓਗੇ, ਅਸੀਂ ਰਾਮ ਨੂੰ ਜਲਾਵਾਂਗੇ। ਗਏ ਤਾਂ ਦੋਨੋਂ ਹੀ ਨੇ, ਗੁਰਬਾਣੀ ਨੇ ਬੜੀ ਇੱਕ ਸਾਰਤਾ ਦੇ ਦਿੱਤੀ, ਕਹਿਣ ਲੱਗੇ ਮੈਂ ਜਦੋਂ ਜਾਂਦਾ ਵੇਖਣਾ ਦੋਵਾਂ ਨੂੰ ਵੇਖਣਾ। ਇਸੇ ਲਈ ਦੋਵਾਂ ਦੀ ਸਾਂਝੀ ਗੱਲ ਕਰ ਦਿੱਤੀ ਗੁਰਬਾਣੀ ਨੇ, ਰਾਮ ਗਇਓ ਰਾਵਣ ਗਇਓ, ਦੋਵੇਂ ਚਲੇ ਗਏ, ਨਾ ਰਾਮ ਰਿਹਾ ਨਾ ਰਾਵਣ ਰਿਹਾ। ਪਰ ਦੁਸਹਿਰਾ ਲੋਕ ਖੁਸ਼ੀ ਨਾਲ ਮਨਾ ਆ ਗਿਆ ਕਿ ਦੂਜਾ ਪੱਖ ਦੇਖੀਏ, ਕਦੀ ਇਤਿਹਾਸਿਕ ਤੌਰ 'ਤੇ ਵੀ ਇੱਕ ਕੰਸੈਪਟ ਰੂਪ ਵਿੱਚ ਵੀ ਦੇਖੀਏ, ਸਿਧਾਂਤਿਕ ਤੌਰ 'ਤੇ ਵੀ। ਅਤੇ ਰਾਵਣ ਬ੍ਰਾਹਮਣ ਸੀ ਅਤੇ ਵਿਦਵਾਨ ਬ੍ਰਾਹਮਣ ਸੀ। ਜੇ ਵਿਦਵਾਨ ਬ੍ਰਾਹਮਣ ਨਾ ਹੁੰਦਾ ਤਾਂ ਜੀਵਨ ਦਾ ਆਚਰਨ ਦਾ ਘਟਿਆ ਹੁੰਦਾ। ਇੱਕ ਗੱਲ ਦੇਖਿਓ, ਅਸੀਂ ਸੋਚਿਆ ਨਹੀਂ ਕਿੱਡਾ ਉੱਚਾ ਆਚਰਨ ਹੁੰਦਾ। ਉਹਦੀ ਭੈਣ ਦੀ ਬੇਅਦਬੀ ਕੀਤੀ ਜਾ ਰਹੀ ਇਸ ਰੂਪਨਖਾ ਦੀ। ਜੇ ਉਹ ਨਿਰਾ ਗੁੱਸੇ ਵਿੱਚ ਤੇ ਬਦਲਾ ਲਊ ਭਾਵਨਾ ਦਾ ਹੁੰਦਾ, ਸੀਤਾ ਤਾਂ ਉਹਦੇ ਕਬਜ਼ੇ ਵਿੱਚ ਸੀ, ਸੀਤਾ ਉਹਦੇ ਕਬਜ਼ੇ ਵਿੱਚ ਸੀ, ਉਸ ਨੂੰ ਵੀ ਬੇਇੱਜ਼ਤ ਕਰ ਸਕਦਾ ਸੀ। ਤੇ ਆਚਰਨਹੀਨਤਾ ਹੁੰਦੀ ਤੇ ਉਹਦੇ ਨਾਲ ਵੀ ਗਲਤ ਵਰਤਾਓ ਕਰ, ਪਰ ਬ੍ਰਾਹਮਣ ਸੀ ਨਾ, ਵਿਦਵਾਨ ਬ੍ਰਾਹਮਣ ਸੀ। ਉਹ ਕੇਵਲ ਇਹ ਤੇ ਗੱਲ ਦੱਸਣਾ ਚਾਹੁੰਦਾ ਸੀ ਕਿ ਆਚਰਨ ਕਿਹੜੀ ਮਹਾਨ ਚੀਜ਼ ਹੈ। ਮੇਰੀ ਭੈਣ ਦੀ ਬੇਪਤੀ ਕਰਨ ਵਾਲਿਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੀਤਾ ਨੂੰ ਮੈਂ ਆਪਣੇ ਅਸ਼ੋਕ ਬਾਗ ਵਿੱਚ ਰੱਖ ਕੇ ਵੀ ਆਪਣੇ ਆਚਰਨ ਨੂੰ ਬਲਵਾਨ ਰੱਖਾਂਗਾ। ਬੇਪਤ ਨਹੀਂ ਕੀਤਾ, ਬੇਪਤ ਨਹੀਂ ਕੀਤਾ, ਆਚਰਨ ਨੂੰ ਬਲਵਾਨ ਰੱਖਿਆ। ਇਹ ਉਹਦੀ ਮਹਾਨਤਾ ਨੇ। ਪਰ ਅਸੀਂ ਵਿਚਾਰਧਾਰਕ ਵਹਿਣ ਵਿੱਚ ਵਹਿੰਦੇ ਹੋਏ ਹਾਂ, ਆਪਣੇ ਸਿਧਾਂਤ ਨੂੰ ਛੱਡ ਕੇ ਅਸਲੀਅਤ ਨੂੰ ਨਾ ਪਛਾਣਦਿਆਂ ਹੋਏ ਹਾਂ, ਕਿਉਂਕਿ ਰਾਮ ਨੂੰ ਭਗਵਾਨ ਦਾ ਨਾਮ ਦੇ ਚੁੱਕੇ ਹਾਂ, ਰਾਵਣ ਨੂੰ ਇਹ ਨਾਮ ਨਹੀਂ ਮਿਲਿਆ, ਇਸ ਲਈ ਰਾਵਣ ਦਾ ਦੁਸਹਿਰਾ ਮਨਾਈ ਜਾਓ। ਹਰ ਸਾਲ ਇੱਕ ਗਲਤ ਕੰਮ ਮਨੁੱਖਤਾ ਵਿੱਚ ਦੁਬਦਾ ਖੜੀ ਕਰਨ ਵਾਲਾ ਕੰਮ ਪੈਦਾ ਕਰ ਰਿਹਾ ਔਰ ਹੋ ਰਿਹਾ, ਦਿਨ ਬ ਦਿਨ ਵੱਧ ਰਿਹਾ। ਗੁਰੂ ਬਰਾਬਰ ਰੱਖਦਾ ਤੇ ਕਹਿੰਦਾ ਰੋਮ ਗਇਓ ਰਾਵਣ ਗਇਓ, ਰੋਮ ਗਇਓ ਰਾਵਣ ਗਇਓ, ਜਾ ਕੋ ਹੋ ਪਰਵਾਰ ਫਿਰ ਕੱਛ ਨਹੀਂ। ਇੱਥੇ ਕਿਸੇ ਨੇ ਵੀ ਨਹੀਂ ਰਹਿਣਾ, ਕਹੋ ਨਾਨਕ ਫਿਰ ਕੱਛ ਨਹੀਂ, ਸੁਪਨੇ ਜੋ ਸੁਪਨੇ ਜੋ ਸੰਸਾਰ ਚਾਰ ਦਿਨ ਆਪਣੀ ਨੌਬਤ ਚੱਲੇ ਮਰ ਜਾ, ਚਾਰ ਦਿਨ ਆਪਣੀ ਚਾਰ ਦਿਨ ਆਪਣੀ ਨੌ
ਬਜਾ ਇਤਨਾ ਕੁ ਖਟਿਆ ਗੱਠਿਆ ਮਟਿਆ ਚਲੇ ਜਾਣ ਵਾਲਿਆਂ ਦੀ ਗਿਣਤੀ ਕੋਈ ਨਹੀਂ, ਅਸੀਂ ਉਹਨਾਂ ਨੂੰ ਗਿਣ ਨਹੀਂ ਸਕਦੇ ਕਿੰਨੇ ਕੁ ਆਏ ਕਿੰਨੇ ਕੁ ਚਲੇ ਗਏ। ਸਿਰਫ ਅਸੀਂ ਆਪਣੇ ਆਪਣੇ ਵਿਸ਼ਵਾਸ ਤੇ ਆਪਣੇ ਘੇਰੇ ਦੇ ਵਿਚਾਰਧਾਰਕ ਰੂਪ ਨਾਲ ਉਹਨਾਂ ਦੇ ਦਿਨ ਮਨਾਈ ਜਾਂਦੇ ਹਾਂ। ਗੁਰੂ ਬਖਸ਼ਿਸ਼ ਕਰੇ, ਇੱਕ ਗੱਲ ਜਿਹੜੀ ਸਤਿਗੁਰੂ ਨੇ ਸਾਂਝੀ ਕਰ ਦਿੱਤੀ ਕਿ ਰਾਮ ਗਇਓ ਰਾਮਣ ਗਇਓ ਜਾਕੋ ਹੋ ਪਰਵਾਰ ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੀਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।